हाँ जी सत श्री अकाल जी सारे वीरां नूं की हाल चाल ने सारिआं नूं मैं तां ट्रैक्टर लैण आ गया हाँ जी आपां पंप दे विच आह कम मोडीफिकेशन करवा रहे हां एक तां इहदे मगराड़ लाते टैंकी भी लाती आ टैंकी लगूगी ਇਹਦਾ ਲਿਫਟ ਟਾਪਾ ਵੀ ਲੈ ਗਿਆ ਤੇ ਟਾਇਰ ਵੀ ਨੇੜੇ ਹੋ ਗਿਆ ਦੇਖੋ ਸਪੇਸਰ ਕੱਢਦੇ ਵਿੱਚੋਂ ਕਾਰ ਤੇ ਚੱਲ ਜਾਣਾ ਵੀ ਜੀ ਆਪਣਾ ਮੂਰ ਮੂਰੇ ਆ ਉਹ ਸਪੇਸਰ ਹੈਗੇ ਆਪਣੇ ਆਦੇ ਹਾਂ ਮੂਰੋ ਮੂਰਾ ਇਹ 60 ਤੇ ਹੁੰਦਾ ਅੱਗੇ ਵੀ ਜੀ 60 ਤੇ 61 ਦੇ ਵਿੱਚ ਕੋਈ ਬਾਲਾ ਫਰਕ ਤਾਂ ਹੈ ਨਹੀਂ ਮੇਰੇ ਕੋਲ ਚੱਲ ਜੀ ਇਹਦਾ ਲੈਫਟ ਟਾਪਾ ਵੀ ਉਪਲਾ ਤਾਂ ਤੇ ਮੂਰੋ ਵੀ ਸਪੇਸਰ ਨਿਕਲ ਜਾਣੇ ਹਨ ਸਾਰੇ ਤੇ ਹੋਰ ਵੀ ਜਿਹੜਾ ਕੰਮ ਜਾਣੀ ਕਿ ਫਾਲਟ ਸੀਗਾ ਉਹ ਸਾਰਾ ਕਢਵਾ ਦੇਣਾ ਵੀਰੇ ਹੁਣਾਂ ਤੋਂ ਪੂਰਾ ਵਧੀਆ ਟਰੈਕਟਰ ਬਣਾ ਦੇਣਾ ਹੈ ਪੂਰਾ ਵੱਟ ਕੱਢ ਮੈਂ ਆਪਣੇ ਮੁੱਲਾ ਪਾਰਾ ਰਾਜੜ ਵਾਲੇ ਵੀਰੇ ਹੋਣੇ ਬਹੁਤ ਵਧੀਆ ਕੰਮ ਕਰਦੇ ਆ ਇਹ ਜਿਨ੍ਹਾਂ ਨੇ ਵੀ ਕਰਾਉਣਾ ਕਰਾ ਸਕਦੇ ਉਹਨਾਂ ਤੋਂ ਆਹ ਦੇਖੋ ਛੋਟੇ ਟਰੈਕਟਰ ਨੂੰ ਵੀ ਲਾ ਕੇ ਦਿੱਤੇ ਆ ਨਾ ਟਾਇਰ ਜਿਹੜੇ ਨੂੰ ਮਰਜ਼ੀ ਲਵਾ ਲਓ ਪਿਆ ਹਾਂ ਹਾਂਜੀ ਐਂਡ ਨੇ ਉਹਦਾ ਢਿੱਲਾ ਜੀ ਟਾਈ ਰਾਡ ਵਾਲਾ ਉਹ ਵੀਰਾ ਕਹਿੰਦਾ ਜੀ ਆਪਾਂ ਉਹ ਕਰ ਦਾਂਗੇ ਵੀ ਉਹਨੂੰ ਨਾ ਪੱਤੀ ਲਾ ਕੇ ਕਰ ਦਾਂਗੇ ਸੈੱਟ ਇਹ ਨਾ ਵੀ ਟਾਈ ਰਾਡ ਆਪਾਂ ਨਵਾਂ ਵੀ ਪਾਇਆ ਪਰ ਉਹ ਇਹਦੇ ਵਿੱਚੋਂ ਖਰਾਬ ਆ ਟਰੈਕਟਰ ਵਾਲੇ ਦੇ ਵਿੱਚੋਂ ਟਾਈ ਰਾਡ ਦਾ ਨਵਾਂ ਪਾਤਾ ਸੀਗਾ ਜੀ ਲਿਆ ਕੇ ਹਾਂ ਉਹਦੇ ਨਾਲ ਖਰਾਬ ਹੀ ਹੋਈ ਜਾਂਦਾ ਨਾ ਇਹਨਾਂ ਤੇ ਅਸਰ ਇਹੀ ਗੱਲੋਂ ਤਾਂ ਆਪਾਂ ਕਰਵਾਉਣ ਲੱਗਿਆ ਮੈਂ ਤਾਂ ਸਾਰਿਆਂ ਨੂੰ ਹੁਣ ਇਹੀ ਰਹਿ ਦਿੰਦਾ ਨਾ ਵੀ ਇਹਨੂੰ ਸਹੀ ਕਰ ਵੀ ਇਹਨੂੰ ਚੌੜਾ ਨਾ ਹੀ ਕਰੋ ਚੰਗੀ ਗੱਲ ਹੈ ਕਿਉਂਕਿ ਆਹ ਗੇਅਰ ਤੇ ਅਸਰ ਬਹੁਤ ਜ਼ਿਆਦਾ ਪੈਂਦਾ ਆਪਣਾ ਊ ਇੰਨਾ ਸ਼ੁਕਰ ਆ ਕਿ ਚਲਾਉਂਦੇ ਹੌਲੀ ਕਰਕੇ ਹਜੇ ਤੱਕ ਟੁੱਟਿਆ ਟੱਟਿਆ ਕੁਛ ਨਹੀਂ ਹੈਗਾ ਇਹਦਾ ਬਸ ਉਹ ਸੀਲ ਸੂਲ ਲੀਕ ਹੋਈ ਆ ਊ ਟੁੱਟਿਆ ਕਰਿਆ ਕੁਛ ਨਹੀਂ ਹਜੇ ਤੱਕ ਇਹਦਾ ਵਾਹ ਭੋਲੂ ਵੀਰੇ ਦੇ ਨੇ 3-4 ਵਾਰ ਤੋੜਤਾ ਉਹਨੇ ਵੀਰੇ ਨੇ ਤਾਂ ਕਾਫੀ ਵਾਰ ਉਹਦਾ ਉਹ ਰੋਡ ਰਾਡ ਤੇ ਉਹ ਦੇਈ ਰੱਖਦੇ ਹਾਂ ਟੈਂਕੀ ਆ ਜਿਹੜੀ ਆਪਾਂ ਲਾਉਣੀ ਆ ਇਹਦੇ ਵਿੱਚ 40 ਸੀਟ ਆ ਜਾਣੀ 800 ਲੀਟਰ ਦੀ ਟੈਂਕੀ ਇਹ ਆਪਣਾ ਪਖਰਾਜ ਆਲੂ ਆ ਵੀਰੇ ਅਤੇ ਇਹਨੂੰ ਇੱਕ ਯੂਰੀਆ ਲਾ ਚੁੱਕੇ ਹਾਂ ਅਤੇ ਹੁਣ ਇਹਦੀ ਸਪਰੇਅ ਦੀ ਵੀ ਵਾਰੀ ਆ ਹੁਣ ਇਹਦੇ ਸਪਰੇਅ ਕਰਾਂਗੇ ਵਧੀਆ ਜਿਹੜੀ ਪਹਿਲੀ ਸਪਰੇਅ ਕਰਨੀ ਆ ਉਹ ਸਪਰੇਅ ਕਰਾਂਗੇ ਹੁਣ ਇਹਦੇ 'ਤੇ ਆਪਾਂ ਅਤੇ ਵਧੀਆ ਜਰਮੀਨੇਸ਼ਨ ਆਈ ਆ ਸਾਰਾ ਕੁਛ ਵਧੀਆ ਬਸ ਇਦੂ ਬਾਅਦ ਇਹਦੀ ਰੋਗਿੰਗ ਹੋਊਗੀ ਰੋਗਿੰਗ ਕਰਵਾਵਾਂਗੇ ਇਹਦੀ ਹਾਂਜੀ ਵੀਰੇ ਇਹ ਆਪਣਾ ਹੈਗਾ ਪਖਰਾਜ ਇਹ ਆਪਣਾ ਲੱਗਿਆ ਹੋਇਆ ਸੀਗਾ 13-14 ਅਕਤੂਬਰ ਨੂੰ ਅਤੇ ਇਹਦੇ ਵਿੱਚ ਵੀ ਵੀਰੇ ਵੀ ਆਪਣਾ ਇੱਕ ਵਾਰੀ ਯੂਰੀਆ ਦਿੱਤਾ ਸੀਗਾ ਅਤੇ ਮੁੜ ਕੇ ਇਹਨੂੰ ਕੋਈ ਯੂਰੀਆ ਨਹੀਂ ਦਿੱਤਾ ਅਤੇ ਬੇਲ ਦਾ ਹਾਲਤ ਦੇਖ ਲਓ ਵੀ ਕਿਵੇਂ ਕਾਲੀ ਛਾਹ ਪਈ ਆ ਹੁਣ ਇਹਨੂੰ ਕਿੰਨਾ ਕੁ ਯੂਰੀਆ ਹੋਰ ਦੇਣ ਦੀ ਲੋੜ ਆ ਦੱਸ ਦਿਓ ਅਤੇ ਅੱਜ ਹੁਣ ਆਪਾਂ ਇਹਦੇ ਇੱਕੋ ਹੀ ਸਪਰੇਅ ਹੋਈ ਆ ਹਜੇ ਹੁਣ ਅੱਜ ਆਪਾਂ ਇਹਦਾ ਪੱਟ ਕੇ ਦੇਖਦੇ ਹਾਂ ਵੀ ਸਾਇਜ਼ ਸੂਜ ਕੀ ਹੋਇਆ ਆਲੂ ਦਾ ਹੈ ਨਾ
ਦੇ ਲੈ ਹੁਣ ਤੁਹਾਨੂੰ ਦੇਖ ਲਓ ਵੀ ਕੋਈ ਹਜੇ ਤੱਕ ਇਹਨਾਂ ਨੇ ਤਾਕਤ ਵਾਲੀਆਂ ਸਪਰੇਆਂ ਨਹੀਂ ਕਰੀਆਂ ਯਾਰ ਵੀ ਕਿਉਂਕਿ ਗਿੱਲਾ ਵਾ ਆਲੂ ਲੱਭਦਾ ਨਹੀਂ ਹੈਗਾ ਥੱਲੇ ਭਰਾ ਆ ਦੇਖ ਲਓ ਗੋਲੀ ਲੈ ਕੋਈ ਨਹੀਂ ਨਿਕਲੀ ਇੱਕ ਬੂਟਾ ਹੋਰ ਪੱਟ ਕੇ ਦੇਖ ਲੈਂਦੇ ਆ ਦੇਖ ਲਓ ਲਾਲੂ ਲੈ ਅਜੇ ਤੱਕ ਕੁਛ ਨਹੀਂ ਪਾਇਆ ਇਹਨਾਂ ਨੂੰ ਤਾਕਤ ਵਾਲਾ ਵੀਰੋ ਕੁਛ ਵੀ ਲੋੜ ਨਹੀਂ ਪੈਂਦੀ ਬਿਨਾਂ ਰੁਪਈਏ ਖਰਚਣ ਤੋਂ ਸਾਰਾ ਕੁਛ ਹੁੰਦਾ ਵਾ ਐਵੇਂ ਦੇਖ ਕੇ ਪੈਸੇ ਖਰਚਿਆ ਕਰੋ ਕੋਈ ਚੀਜ਼ਾਂ ਦੀ ਲੋੜ ਨਹੀਂ ਪੈਂਦੀ ਭਰਾਵੋ ਠੀਕ ਨਹੀਂ ਆਪਣਾ ਖਰਚੇ 'ਤੇ ਕੰਟਰੋਲ ਕਰੋ ਤਾਂ ਹੀ ਆਪਾਂ ਕਰ ਸਕਦੇ ਹਾਂ ਐਵੇਂ ਕਿਸੇ ਦੇ ਮਗਰ ਲੱਗ ਕੇ ਨਾ ਦਵਾਈਆਂ ਦੇ ਵਿੱਚ ਚੱਕਰਾਂ 'ਚ ਪਿਆ ਕਰੋ ਪਰ ਦੇਖ ਲਓ ਕਿੰਨਾ ਸੋਹਣਾ ਖੜਾ ਆਲੂ ਹਾਂਜੀ ਵੀਰੇ ਅੱਜ ਆਪਾਂ ਨਾ ਗੱਲ ਕਰਨੀ ਆ ਆਲੂਆਂ ਦੇ ਸੀਡ ਦੇ ਬਾਰੇ ਵੀ ਆਲੂਆਂ ਦਾ ਸੀਡ ਲਾ ਲਓ ਕਣਕ ਦਾ ਲਾ ਲਓ ਝੋਨੇ ਦਾ ਲਾ ਲਓ ਜਿਹੜਾ ਮਰਜ਼ੀ ਸੀਡ ਲਾ ਲਓ ਆਪਾਂ ਨੂੰ ਨਾ ਯਾਰ ਵੀਰੇ ਸੀਡ ਆਪੋ ਆਪਣੇ ਆਪ ਸੰਭਾਲਣੇ ਚਾਹੀਦੇ ਆ ਕੋਈ ਵੀ ਸੀਡ ਕਿਸੇ 'ਤੇ ਡਿਪੈਂਡ ਨਹੀਂ ਕਰਨਾ ਚਾਹੀਦਾ ਹਾਂ ਚਲੋ ਮੰਨਿਓ ਵੀ ਥੋੜ੍ਹਾ ਵਾਲਾ ਲੈ ਲਓ ਨਵਾਂ ਪਰ ਜ਼ਿਆਦਾਤਰ ਸੀਡ ਆਪਾਂ ਨੂੰ ਆਪਣੇ ਸੰਭਾਲਣੇ ਚਾਹੀਦੇ ਆਪਾਂ ਨੂੰ ਨਵਿਆਂ ਦੇ ਵੱਲ ਨਹੀਂ ਹਮੇ ਹਰੇਕ ਵਾਰ ਭੱਜਣਾ ਚਾਹੀਦਾ ਕਿ ਆਪਾਂ ਨਵਿਆਂ ਵੱਲ ਭੱਜੀਏ ਹੈ ਨਾ ਅਤੇ ਸੀਡ ਵੀਰੇ ਆਪ ਸੰਭਾਲਣ ਦੀ ਕੋਸ਼ਿਸ਼ ਕਰੋ ਕਿ ਆਪਾਂ ਸੀਡ ਨੂੰ ਆਪ ਦਾ ਆਪਣੇ ਸੀਡ ਨੂੰ ਆਪਾਂ ਆਪ ਸੰਭਾਲੀਏ ਠੀਕ ਨਹੀਂ ਅਤੇ ਆਹ ਦੇਖ ਲਓ ਆਪਣਾ ਐੱਲ ਆਰ ਆ ਘਰ ਦਾ ਐੱਲ ਆਰ ਆ ਪੂਰਾ ਵਧੀਆ ਵਾ ਮੁੱਲ ਨਹੀਂ ਲਿਆ ਕਿਸੇ ਤੋਂ ਹੈ ਨਾ ਕੰਪਨੀ ਤੋਂ ਹੀ ਰੱਖ ਰੱਖ ਕੇ ਵੀ ਜਿਵੇਂ ਉਹ ਤੋਂ ਬਚ ਜਾਂਦਾ ਉਹ ਤੋਂ ਬਣਾਇਆ ਹੋਇਆ ਵਾ ਕੋਈ ਦਿੱਕਤ ਨਹੀਂ ਆਉਂਦੀ ਨਵਾਂ ਬੀ ਮਿਲਦਾ ਵਾ ਕੰਪਨੀ ਤੋਂ ਉਹ ਤੋਂ ਬਣਾ ਲਈਦਾ ਅਤੇ ਇੱਕ ਨਾ ਪਹਿਲਾਂ ਨਹੀਂ ਸੀ ਹੁੰਦਾ ਆਪਣੇ ਇਹ ਹੁਣ ਨਾ ਥੋੜ੍ਹੇ ਟਾਈਮ ਤੋਂ ਚੱਲ ਪਿਆ ਕਿ ਜਿਹੜਾ ਵੀ ਵੀਰ ਆਲੂਆਂ ਦੀ ਖੇਤੀ ਕਰਨ ਲੱਗਦਾ ਹੈ ਨਾ ਉਹ ਇਹੀ ਕੋਈ ਗੱਲ ਪੁੱਛਦਾ ਵੀਰੇ ਜੀ ਵਨ ਆ ਕਿ ਜੀ ਟੂ ਆ ਕਿ ਜੀ ਥਰੀ ਆ ਜਦੋਂ ਬੀ ਲੈਣਾ ਉਸ ਟਾਈਮ ਦੀ ਗੱਲ ਕਰਦਾ ਹੈ ਨਾ ਵੀਰੇ ਜੀ ਵਨ ਜੀ ਟੂ ਦਾ ਕੋਈ ਮਤਲਬ ਨਹੀਂ ਹੁੰਦਾ ਠੀਕ ਆ ਨਾ ਮੈਂ ਤੁਹਾਨੂੰ ਇੱਕ ਮੈਂ ਜਿਹੜਾ ਜੋ ਮੇਰਾ ਤਜਰਬਾ ਵਾ ਹੈ ਨਾ ਮੈਂ ਉਹਦੀ ਗੱਲ ਕਰਦਾ ਵੀਰੇ ਦੇਖੋ ਆਲੂ ਦੇ ਵਿੱਚ ਵਾਇਰਸ ਨਾ ਹੋਵੇ ਮਿਕਸਿੰਗ ਨਾ ਹੋਵੇ ਠੀਕ ਨਹੀਂ ਉਹ ਬੀ ਵਧੀਆ ਹੀ ਹੁੰਦਾ ਵਾ ਉਹਨੇ ਬੀ ਨੇ ਤੁਹਾਡਾ ਝਾੜ ਦੇ ਦੇਣਾ ਵਾਇਰਸ ਨਾ ਹੋਵੇ ਮਿਕਸਿੰਗ ਨਾ ਹੋਵੇ ਇਹ ਚੀਜ਼ਾਂ ਹੋਣ ਉਹ ਕੁਛ ਨਹੀਂ ਹੁੰਦਾ ਉਹ ਬੀ ਨੂੰ ਪੂਰਾ ਵਧੀਆ ਹੁੰਦਾ ਹੈ ਨਾ ਵੀਰੇ ਨਾ ਜੀ ਵਨ ਤੁਹਾਨੂੰ ਕਿਸੇ ਨੇ ਦੇਣਾ ਠੀਕ ਆ ਨਾ ਵੀਰੇ ਜੀ ਟੂ ਤੁਹਾਨੂੰ ਕਿਸੇ ਨੇ ਦੇਣਾ ਤੁਹਾਨੂੰ ਜਦੋਂ ਵੀ ਸੀਡ ਮਿਲਣਾ ਜੀ ਥਰੀ ਤੋਂ ਬਾਅਦ ਵਾਲਾ ਹੀ ਮਿਲਣਾ ਚਾਹੇ ਕੋਈ ਲੱਖ ਦਾਵਾ ਕਰ ਲਵੇ ਵੀ ਮੈਂ ਜੀ ਟੂ ਦਿੰਦਾ ਜੀ ਟੂ ਕੋਈ ਨਹੀਂ ਦਿੰਦਾ ਵੀਰੇ ਜਿਹੜਾ ਵੀ ਬੰਦਾ ਕੰਮ ਕਰਦਾ ਨਾ ਵੀਰੇ ਜੀ ਟੂ ਕੋਈ ਨਹੀਂ ਦੇ ਸਕਦਾ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦਿੰਦਾ ਕਿ ਜਿਵੇਂ ਸਪੋਜ਼ ਕਰ ਲਓ ਮੈਂ ਅੱਜ ਤੋਂ ਸਾਲ ਪਹਿਲਾਂ ਨਹੀਂ ਪਿਛਲੇ ਸਾਲ ਹੈ ਨਾ ਪਿਛਲੇ ਤੋਂ ਪਿਛਲੇ ਸਾਲ ਮੈਂ ਟਿਊਂਬਰ ਲੈ ਕੇ ਲਾਇਆ ਸੀਗਾ ਡਾਇਮੰਡ ਦਾ 10,000 ਦਾਣਾ ਲਿਆ 10,000 ਦਾਣੇ ਦੇ ਵਿੱਚੋਂ ਵੀਰੇ ਉਹਦੇ ਵਿੱਚੋਂ ਨਾ 54 ਗੱਟੂ ਤਿਆਰ ਹੋਏ ਹੈ ਨਾ ਅਤੇ ਫਿਰ 54 ਗੱਟੂ ਲਾਏ ਉਹਦੇ ਵਿੱਚੋਂ 1.5 ਕਿੱਲਾ ਲੱਗਿਆ 1.5 ਕਿੱਲੇ ਗੱਟੂ ਦੇ ਵਿੱਚੋਂ 200 ਯਾਨੀ ਕਿ 1.5 ਕਿੱਲੇ ਥੋੜ੍ਹਾ ਘੱਟ ਹੀ ਲੱਗਿਆ ਸੀਗਾ ਜਗ੍ਹਾ 230 ਗੱਟੂ ਨਾ 250 ਗੱਟੂ ਦੇ ਨੇੜੇ ਤਿਆਰ ਹੋਇਆ ਨਾ ਉਹ ਮੈਂ ਚਲੋ ਵੱਢ ਵੁੱਢ ਕੇ ਬੀਜਿਆ ਵਾ ਅਤੇ ਉਹ ਹੁਣ ਉਹਦੇ ਵਿੱਚੋਂ ਹੁਣ ਉਹਦੇ 10 ਕਿੱਲੇ ਲੱਗੇ ਹੋਏ ਆਪਣੇ ਕੋਲ ਨਾ ਹੁਣ ਵੇਚਣ ਨੂੰ ਹੋਊਗਾ ਵੀਰੇ ਹੁਣ ਮੈਂ ਦੇ ਸਕਦਾ ਜਿੰਨਾ ਉਹ ਵੀ ਇੰਨਾ ਨਹੀਂ ਵੀ ਮੈਂ ਤੁਹਾਨੂੰ ਵੀ ਹਰੇਕ ਵੀਰਾਂ ਦਾ ਮੈਂ ਫੋਨ ਆਉਣ ਮੈਂ ਹਰੇਕ ਵੀਰ ਨੂੰ ਹਾਂ ਵੀ ਭਰ ਲਾਂ ਵੀ ਹਾਂ ਵੀਰੇ ਲੈ ਜਾਓ ਨਹੀਂ ਜਿੰਨਾ ਕੁ ਮੇਰੇ ਕੋਲ ਵਧੂਗਾ ਮੈਂ ਉੱਨਾ ਕੁ ਦੇ ਸਕਦਾ ਹੈ ਨਾ ਇਹ ਹੁਣ ਤੁਸੀਂ ਆਪਣੇ ਆਪ ਹਿਸਾਬ ਲਾ ਲਓ ਕਿ ਤੁਸੀਂ ਜਿਹੜੇ ਨਾ ਆਪਾਂ ਮਗਰ ਨਾ ਭੱਜਿਆ ਕਰੋ ਇਸ ਚੀਜ਼ 'ਤੇ ਹਾਂ ਅਗਲੇ ਨੂੰ ਇਹ ਪੁੱਛ ਲਓ ਵੀ ਵੀਰ ਵਾਇਰਸ ਤਾਂ ਨਹੀਂ ਜਿਹੜਾ ਵੀ ਬੀਜ ਆਪਾਂ ਲੈਂਦੇ ਹਾਂ ਵਾਇਰਸ ਨਾ ਹੋਵੇ ਮਿਕਸਿੰਗ ਨਾ ਹੋਵੇ ਤਾਂ ਆਪਾਂ ਬੀਜ ਲੈ ਲਓ ਠੀਕ ਨਹੀਂ ਐਵੇਂ ਕਣਕ ਦਾ ਵਾ ਐਵੇਂ ਝੋਨੇ ਦਾ ਵਾ ਵੀਰੇ ਝੋਨੇ ਦਾ ਵੀ ਆਪਦਾ ਬੀ ਰੱਖੋ ਘਰ ਦਾ
ਕਣਕ ਦਾ ਵੀ ਆਪਦਾ ਬੀਜ ਰੱਖੋ ਘਰ ਦਾ, ਸਾਰੀਆਂ ਫਸਲਾਂ ਦਾ ਬੀਜ ਆਪਾਂ ਆਪਦਾ ਰੱਖਾਂਗੇ ਤਾਂ ਵੀਰੇ ਆਪਾਂ ਨੂੰ ਬੈਨੀਫਿਟ ਜ਼ਿਆਦਾ ਮਿਲਦਾ ਵਾ। ਆਪਣੇ ਬੀਜ ਦੀ ਸਫਾਈ ਕਰ ਲਓ, ਠੀਕ ਨਾ, ਆਪਣੇ ਬੀਜ ਦੀ ਸਫਾਈ ਕਰੋ ਅਤੇ ਸਫਾਈ ਕਰਕੇ ਉਹਨੂੰ ਰੱਖੋ। ਆਪਣੇ ਬੀਜ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ, ਠੀਕ ਨਹੀਂ, ਇਹ ਚੱਕਰਾਂ ਦੇ ਵਿੱਚ ਨਾ ਪਵੋ। G1 G2 ਨਾ ਕਿਹਾ ਕਰੋ, ਤੁਸੀਂ ਕਹੋ ਵੀ ਬੀਜ ਚਾਹੀਦਾ, ਵਧੀਆ ਬੀਜ ਚਾਹੀਦਾ ਸਾਨੂੰ, ਵਧੀਆ ਬੀਜ ਦੇ ਦਿਓ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸ ਦਿੰਦਾ, ਹੈ ਨਾ, ਤੁਸੀਂ ਕਹਿਤਾ ਵੀ ਅਸੀਂ G2 ਲੈਣਾ ਜੀ, ਚਾਹੇ ਉਹੀ ਬੀਜ ਤੁਹਾਨੂੰ G2 ਕਹਿ ਕੇ ਦੇ ਦੀ, ਉਹੀ ਕੋਈ ਤੁਹਾਨੂੰ G3 ਕਹਿ ਕੇ ਦੇ ਦੇਵੇ, ਇਹ ਚੀਜ਼ਾਂ ਐਵੇਂ ਹੁੰਦੀਆਂ ਹੀ ਰਹਿੰਦੀਆਂ ਨੇ, ਠੀਕ ਨਹੀਂ। ਤਾਂ ਉਸ ਕਰਕੇ ਆਪਦਾ ਨੁਕਸਾਨ ਆਪਾਂ ਆਪ ਬਚਾ ਸਕਦੇ ਹਾਂ। ਵਧੀਆ ਬੀਜ ਲਵੋ ਅਗਲੇ ਤੋਂ, ਜੀ ਤੋਂ ਵੀ ਲੈਣਾ ਵਾ, ਹੈ ਨਾ, ਅਤੇ ਬਸ ਐਵੇਂ ਕਹਿ ਕੇ ਲਵੋ ਵੀ ਸਾਨੂੰ ਬੀਜ ਵਧੀਆ ਚਾਹੀਦਾ ਵਾ। G1 G2 G3 ਦੇ ਪਿੱਛੇ ਨਾ ਭੱਜਿਆ ਕਰੋ। ਜਿਹੜੀ ਨਾ ਅਸਲੀ ਮਾਇਨੇ ਦੇ ਵਿੱਚ ਜਦੋਂ ਆਪਣੇ ਕੋਲ ਆਲੂ, ਆਪਾਂ ਨੂੰ 3-4 ਸਾਲ ਆਲੂ ਵੀਰੇ ਕਿਤੇ ਨਹੀਂ ਜਾਂਦਾ ਜੇ ਆਲੂ 'ਚ ਵਾਇਰਸ ਨਾ ਆਇਆ ਹੋਵੇ। ਆਲੂ ਨੂੰ ਸਾਂਭਣ ਦੇ ਵਿੱਚ ਤਰੀਕੇ ਆ ਨਾ, ਆਲੂ 'ਤੇ ਵੀਰੇ ਕੋਈ ਬਾਹਲੀ ਮਿਹਨਤ ਵੀ ਨਹੀਂ ਕਰਨ ਦੀ ਲੋੜ ਹੁੰਦੀ, ਹੈ ਨਾ, ਕਿ ਆਪਾਂ ਆਲੂ ਨੂੰ ਕਮਲਿਆਂ ਵਾਂਗੂ ਡੋਜ਼ਾਂ ਦੇਈ ਜਾਈਏ। ਆਲੂ ਨੂੰ ਜਿਵੇਂ ਆਪਾਂ ਆਪਦਾ ਸਰੀਰ ਸਾਂਭਦੇ ਹਾਂ ਜਾਂ ਸਰੀਰ ਦੀ ਖੁਰਾਕ ਆ, ਬਿਲਕੁਲ ਸੇਮ ਉਵੇਂ ਸਾਂਭਣਾ ਚਾਹੀਦਾ। ਉਦੋਂ ਉੱਪਰ ਨਹੀਂ ਜਾਣਾ, ਡੋਜ਼ਾਂ ਪਾਉਣੀਆਂ ਚਾਹੀਦੀਆਂ, ਨੋਰਮਲ ਚੀਜ਼ਾਂ ਕਰਨੀਆਂ ਚਾਹੀਦੀਆਂ ਆਲੂ ਨੂੰ, ਜੋ ਵੀ ਚੀਜ਼ਾਂ ਆਪਾਂ ਕਰਨੀਆਂ ਨੇ ਅਤੇ ਪੂਰੇ। ਹਾਂ, ਬਸ ਆਲੂ ਦੀ ਨਿਗਰਾਨੀ ਰੱਖੋ, 2-3 ਦਿਨ ਬਾਅਦ ਆਪਦੇ ਖੇਤ 'ਚ ਗੇੜਾ ਮਾਰੋ। ਇਹ ਚੀਜ਼ਾਂ ਜ਼ਰੂਰੀ ਆ, ਜਿਹੜੀਆਂ ਚੀਜ਼ਾਂ ਜ਼ਰੂਰੀ ਆ ਮੈਂ ਤੁਹਾਨੂੰ ਉਹ ਦੱਸ ਸਕਦਾ, ਹੈ ਨਾ, ਕਿ ਇਹ ਚੀਜ਼ਾਂ ਜ਼ਰੂਰੀ ਆ, ਉਹ ਚੀਜ਼ਾਂ ਜ਼ਰੂਰ ਕਰੋ, ਹੈ ਨਾ ਵੀਰੇ। ਅਤੇ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਆਪਾਂ ਨੂੰ। ਮੈਂ ਤਾਂ ਇਹੀ ਗੱਲ ਕਹੂੰਗਾ ਸਾਰਿਆਂ ਨੂੰ ਕਿ ਆਪੋ ਆਪਣਾ ਆਪਦਾ ਬੀਜ ਨੂੰ ਆਪਦਾ ਹੀ ਰੱਖੋ। ਹਾਂ, ਲਵੋ, ਮੁੱਲ ਲੈਣਾ ਚਾਹੀਦਾ ਵੀ ਆ, ਬੀਜ ਆਪਾਂ ਨਵੇਂ ਬਣਾਉਣਾ, ਲਵੋ, ਲੈ ਕੇ ਬੀਜ ਨਵਾਂ ਬਣਾਵੋ, ਹੈ ਨਾ। ਅਤੇ ਕਿਉਂਕਿ ਦੇਖੋ ਜਿਹੜਾ ਪਹਿਲੀ ਜਨਰੇਸ਼ਨ ਵਾਲਾ ਬੀਜ ਆ ਨਾ ਵੀਰੇ, ਪਹਿਲੀ ਦੂਜੀ ਵਾਲਾ, ਉਹ 'ਚ ਵਾਇਰਸ ਆਉਣ ਦੇ ਜ਼ਿਆਦਾ ਚਾਂਸਿਸ ਹੁੰਦੇ ਆ ਪਹਿਲੀ ਦੂਜੀ ਵਾਲੇ ਦੇ ਵਿੱਚ। ਜਿਉਂ ਜਿਉਂ ਬੀਜ ਪੁਰਾਣਾ ਹੁੰਦਾ ਵਾ, ਤਿਉਂ ਤਿਉਂ ਵੀ ਉਹ ਵਾਇਰਸ ਉਹਦੇ ਵਿੱਚ ਘੱਟਦਾ ਵਾ, ਵੀ ਘੱਟ ਆਊਗਾ। ਜਿਉਂ ਜਿਉਂ ਨਵਾਂ ਵਾ, ਜਿੰਨਾ ਨਵਾਂ ਵਾ ਉਨਾ ਵਾਇਰਸ ਆਉਣ ਦੇ ਉਹ 'ਚ ਜ਼ਿਆਦਾ ਚਾਂਸ ਬਣ ਜਾਂਦੇ, ਠੀਕ ਨਹੀਂ। ਇਸ ਗੱਲਾਂ 'ਤੇ ਗੌਰ ਕਰਿਆ ਕਰੋ ਅਤੇ ਬੀਜ ਦੇ ਵਿੱਚ ਕਿਸੇ ਦੇ ਨਾਲ ਨਾ ਭੱਜੋ। ਆਪਦਾ ਬੀਜ ਲਵੋ, ਵਧੀਆ ਲਵੋ, ਪਰ ਇਹ ਗੱਲਾਂ ਛੱਡ ਦਿਆ ਕਰੋ ਵੀ G1 G2 ਵਾਲਾ ਪੰਗਾ, ਠੀਕ ਨਹੀਂ। ਉਹ ਤੋਂ ਬਿਨਾਂ ਜੇ ਆਪਾਂ ਕਰਾਂਗੇ, ਮੇਰੇ ਖਿਆਲ ਆਪਾਂ ਨੂੰ ਬੀਜ ਵਧੀਆ ਮਿਲੂਗਾ, ਠੀਕ ਨਹੀਂ। ਤੁਸੀਂ ਚਾਹੇ G1 ਕਹਿ ਦਿਓ, ਜੇ ਤੁਹਾਨੂੰ ਵਾਇਰਸ ਫ੍ਰੀ ਬੀਜ ਮਿਲ ਗਿਆ ਨਾ, ਉਹਦੇ ਵਰਗੀ ਰੀਸ ਨਹੀਂ ਬਸ। ਹੁਣ ਪਤਾ ਕੀ ਗੱਲ ਆ, ਤੁਹਾਨੂੰ ਕੀ ਪਤਾ ਵੀਰੇ ਵੀ ਮੈਂ ਆਪਦੇ 'ਤੇ ਇਗਜ਼ਾਮਪਲ ਲਾ ਕੇ ਹੀ ਕਹਿੰਦਾ, ਮੈਂ ਕਿਸੇ ਦਾ ਕੋਈ ਨਾਂ ਨਹੀਂ ਲੈਂਦਾ। ਤੁਹਾਨੂੰ ਕੀ ਪਤਾ ਵੀ ਮੈਂ ਤੁਹਾਨੂੰ G3 ਦਿੱਤਾ ਜਾਂ D2 ਦਿੱਤਾ ਜਾਂ G4 ਦਿੱਤਾ, ਕੀ ਨਿਸ਼ਾਨੀ ਆ ਬੀਜ 'ਤੇ? ਕੋਈ ਨਿਸ਼ਾਨੀ ਤਾਂ ਨਹੀਂ ਬੀਜ 'ਤੇ ਵੀ ਕਿਹੜਾ ਤੁਹਾਨੂੰ ਬੀਜ ਚੇਪਿਆ ਮੈਂ, ਠੀਕ ਨਹੀਂ। ਉਹਦੇ ਵਿੱਚੋਂ ਹਾਂ, ਅਗਲੇ ਨੂੰ ਕਹੋ ਵੀ ਵੀਰੇ ਬੀਜ ਸਾਫ਼ ਹੋਵੇ, ਬੀਜ ਦੇ ਵਿੱਚ ਮਿਕਸਿੰਗ ਨਾ ਹੋਵੇ। ਇਹ ਚੀਜ਼ਾਂ ਆਪਾਂ ਨੂੰ ਕਹਿਣ ਦੀ ਲੋੜ ਆ ਵੀ ਜਿਹੜੀਆਂ ਆਪਾਂ ਨੂੰ ਕਹਿਣੀਆਂ ਚਾਹੀਦੀਆਂ ਨੇ, ਹੈ ਨਾ, ਜਿਨ੍ਹਾਂ ਦਾ ਆਪਾਂ ਨੂੰ ਧਿਆਨ ਦੇਣਾ ਵੀ ਬੀਜ ਸਾਫ਼ ਹੋਵੇ, ਹੈ ਨਾ। ਅਤੇ ਬਸ ਉਸ ਚੀਜ਼ਾਂ ਦੀ ਗੌਰ ਕਰੋ ਪੂਰੀ। ਅਤੇ ਬਸ ਆਪਣਾ ਝੋਨੇ ਦਾ ਬੀਜ ਵੀ ਵੀਰੇ ਆਪਾਂ ਆਪਦਾ ਘਰ ਦਾ ਰੱਖਿਆ ਕਰੋ, ਕਣਕ ਦਾ ਬੀਜ ਵੀ ਆਪਣੇ ਘਰ ਦਾ ਰੱਖੋ ਵੀਰੇ। ਅਤੇ ਕਿਸੇ ਹੁਣ ਦੇਖੋ ਮੈਂ ਕਣਕ ਬੀਜੀ ਆ ਨਾ, ਜਿੰਨੀ ਵੀ ਕਣਕ ਬੀਜਦਾ ਸਾਰੀ ਵੀ ਆਪਣੇ ਕੋਲ ਘਰ ਦਾ ਸੀਗਾ, ਕੋਈ ਮੁੱਲ ਲੈ ਕੇ ਨਹੀਂ ਬੀਜਿਆ। ਅਤੇ ਝੋਨੇ ਦਾ ਬੀਜ ਤਾਂ ਸਾਰਾ ਵੀਰੇ ਘਰ ਦਾ ਸੀਗਾ, ਕੋਈ ਮੁੱਲ ਲੈ ਕੇ ਨਹੀਂ ਬੀਜਿਆ। ਹੁਣ ਝੋਨੇ ਦਾ ਬੀਜ ਫਿਰ ਆਪਦਾ ਜੋਗਾ ਰੱਖਿਆ, ਬਾਸਮਤੀ ਦਾ ਉਹ ਵੀ ਰੱਖਿਆ ਹੋਇਆ, ਝੋਨੇ ਦਾ ਉਹ ਵੀ ਰੱਖਿਆ ਹੋਇਆ, ਹੈ ਨਾ। ਆਲੂਆਂ ਦਾ ਚਲੋ ਹੁੰਦਾ ਹੀ ਆਪਣੇ ਕੋਲ, ਹੈ ਨਾ। ਅਤੇ ਇਹਦੇ ਵਿੱਚ ਆਪਾਂ ਨੂੰ ਮੁੱਲ ਲੈਣ ਦੀਆਂ ਕੋਈ ਵੀਰੇ ਚੀਜ਼ਾਂ ਦੀ ਲੋੜ ਨਹੀਂ ਪੈਂਦੀ, ਬਸ ਆਪਣਾ ਕੰਮ ਆ। ਜਿੰਨੀ ਕੁ ਮੈਨੂੰ ਨੌਲੇਜ ਆ ਵੀਰੇ, ਮੈਨੂੰ ਕੋਈ ਬਾਹਲੀ ਨੌਲੇਜ ਨਹੀਂ, ਮੈਂ ਵੀ ਤੁਹਾਡੇ ਜਿੰਨਾ ਕੁ ਮੈਨੂੰ ਪਤਾ ਵਾ, ਮੈਨੂੰ ਜਿੰਨਾ ਕੁ ਵੀ ਨੌਲੇਜ ਮਿਲੀ ਆ, ਮੈਂ ਵੀਰੇ ਕੰਪਨੀ ਦੇ ਨਾਲ ਅਟੈਚ ਹੋਇਆ, ਮੈਨੂੰ ਉੱਥੋਂ ਨੌਲੇਜ, ਕੰਪਨੀ ਦੇ ਨਾਲ ਜਦੋਂ ਦਾ ਜੁੜਿਆ ਉਦੋਂ ਦੀ ਨੌਲੇਜ ਮੈਨੂੰ, ਯਾਨੀ ਕਿ ਉਦੋਂ ਕਦੇ ਜਿੰਨੀ ਕੁ ਥੋੜ੍ਹੀ ਵਾਲੀ ਜਾਣਕਾਰੀ ਮਿਲਣ ਲੱਗੀ ਆ ਉਦੋਂ ਕਦੀ ਮਿਲੀ ਹੈਗੀ ਆ। ਨਹੀਂ ਪਹਿਲਾਂ ਤਾਂ ਇੰਨਾ ਹੀ ਪਤਾ ਹੁੰਦਾ ਸੀ ਵੀ ਆਹ ਚਿੱਟਾ ਆਲੂ ਆ, ਆਹ ਲਾਲ ਆਲੂ ਆ, ਆਹ ਵਾਇਰਸ ਵੂਰਸ ਵਾਲਾ ਤਾਂ ਕੁਛ ਪਤਾ ਹੀ ਨਹੀਂ ਸੀ ਹੁੰਦਾ। ਨਾ ਡੇਟਾਂ ਦਾ ਪਤਾ ਹੁੰਦਾ ਸੀ ਵੀ ਕਿਹੜੀ ਵਰਾਇਟੀ ਕਦੋਂ ਲੱਗਣੀ ਚਾਹੀਦੀ ਆ, ਕਿਹੜੀ ਵਰਾਇਟੀ ਕਦੋਂ ਲੱਗਣੀ ਚਾਹੀਦੀ ਆ, ਇਹ ਕੁਛ ਨਹੀਂ ਸੀ ਪਤਾ ਆਪਾਂ ਨੂੰ। ਇਹ ਸਾਰਾ ਕੁਛ ਮੈਂ ਆਪਦੇ 'ਤੇ ਗੱਲ ਕਰਕੇ ਹੀ ਕਹਿੰਦਾ ਤੁਹਾਨੂੰ, ਮੈਂ ਕਿਸੇ 'ਤੇ ਨਹੀਂ ਲਾਉਂਦਾ। ਮੈਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਦਾ ਮੈਂ ਕੰਪਨੀ ਦੇ ਨਾਲ ਜੁੜਿਆ, ਕੰਪਨੀ ਨੇ ਹੀ ਮੈਨੂੰ ਸਾਰਾ ਕੁਛ ਸਿਖਾਇਆ, ਕੰਪਨੀ ਤੋਂ ਹੀ ਮੈਂ ਸਿੱਖਿਆ ਸਾਰਾ ਕੁਛ, ਠੀਕ ਨਹੀਂ। ਅਤੇ ਆਲੂ ਨੂੰ ਨਾ ਵੀਰੇ ਸਪਰੇਹਾਂ ਦੀ ਲੋੜ ਆ ਕਿਸੇ ਚੀਜ਼ਾਂ ਦੀ, ਇਹਨੂੰ ਬਿਨਾਂ ਮਤਲਬ ਤੋਂ ਵੀ ਹਾਂ ਆਪਾਂ ਤੱਤ ਦੇਈ ਚੱਲੀਏ, ਕੁਛ ਨਹੀਂ। ਜੇ ਆਪਾਂ ਥੱਲੇ ਵਧੀਆ ਇਹਨੂੰ ਖੁਰਾਕ ਦਿੱਤੀ ਹੋਈ ਆ, ਹੈ ਨਾ, ਤਾਂ ਆਲੂ ਦੀ ਗਰੋਥ ਤੁਹਾਡੀ ਆਪਣੇ ਆਪ ਹੁੰਦੀ ਜਾਂਦੀ ਆ ਵੀਰੇ। ਹੁਣ
ਅੱਜ ਕੱਲ੍ਹ ਦਾ ਮੌਸਮ ਇੰਨਾ ਆਲੂ ਦੇ ਲਈ ਉਹ ਹੈਗਾ ਨਾ ਬੈਨੀਫਿਟ ਵਾਲਾ, ਪੂਰਾ ਬੈਨੀਫਿਟ ਆ, ਕੁਛ ਵੀ ਪਾਉਣ ਦੀ ਲੋੜ ਨਹੀਂ, ਤੁਹਾਡੀ ਆਲੂ ਦੀ ਗਰੋਥ ਦੇ ਵੇਲ ਪੂਰੀ ਭੱਜੀ ਜਾਊਗੀ। ਠੀਕ ਨਹੀਂ, ਆਹ ਜਿਹੜੀ ਤੁਸੀਂ ਮੇਰੀ ਵੀਡੀਓ ਦੇਖੀ ਆ ਆਲੂ ਦੀਆਂ, ਮੈਂ ਵੀਡੀਓ ਤੁਹਾਨੂੰ ਆਹ ਦੇਖ ਰਹੇ ਹੋ ਹੈ ਨਾ, ਮੈਂ ਇਹ ਆਲੂ ਐੱਲ ਆਰ ਆਪਣਾ, ਠੀਕ ਨਹੀਂ, ਇੱਕੋ ਯੂਰੀਆ ਲਾਇਆ, ਹਜੇ ਹੁਣ ਲਾਇਆ, ਪਾਣੀ ਚੱਲਦਾ ਵਾ, ਪਾਣੀ ਦੇ ਮੂਹਰੇ ਮੂਹਰੇ ਬੰਦੇ ਆਪਣੇ ਯੂਰੀਆ ਲਾਇਆ ਵਾ ਇਹਨੂੰ, ਬਸ ਇੱਕੋ ਹੀ ਯੂਰੀਆ ਲਾਇਆ, ਤੁਸੀਂ ਦੇਖ ਲਓ ਗਰੋਥ ਕਿੰਨੀ। ਹੋਰ ਇਹਨੂੰ ਹੁਣ ਕਿੱਡਾ ਕੁ ਲੈ ਕੇ ਜਾਣਾ ਆਪਾਂ, ਕਿੱਡਾ ਕਰ ਦੀਏ ਇਹਨੂੰ ਆਲੂ ਨੂੰ, ਹੈ ਨਾ। ਅਤੇ ਇਸ ਗੱਲੋਂ ਆਪਣਾ ਧਿਆਨ ਰੱਖੋ ਕਿ ਆਪਣੇ ਆਲੂ 'ਤੇ ਗੇੜਾ ਜ਼ਰੂਰ ਮਾਰੋ, ਗੇੜਾ ਮਾਰਨਾ ਚਾਹੀਦਾ ਵੀਰੇ, ਮੇਰੇ ਤੋਂ ਵੀ ਕਈ ਵਾਰ ਰਹਿ ਜਾਂਦਾ ਯਾਰ ਗੇੜਾ ਵੱਜਣਾ। ਹਾਂ, ਆਪਦਾ ਖੱਤਿਆਂ ਦੇ ਵਿੱਚ ਗੇੜਾ ਛੇਤੀ ਮਾਰੋ, ਅਤੇ ਇੱਕ ਪਾਣੀ ਦੇ ਵੀਰੇ ਪਾਣੀ ਨਵੀਂ ਜ਼ਰੂਰ ਖੇਤ 'ਚ ਰੱਖੋ, ਗਿੱਲੇ ਰਹਿਣ ਆਲੂ ਤੁਹਾਡੇ, ਆਲੂ ਨੂੰ ਸੁੱਕਣ ਨਾ ਦੇਵੋ, ਆਲੂ ਗਿੱਲਾ ਚਾਹੀਦਾ। ਜੇ ਆਲੂ ਤੁਹਾਡਾ ਗਿੱਲਾ ਵਾ, ਤੁਹਾਡਾ 90% ਝਾੜ ਪੂਰਾ ਵਧੀਆ ਆਊਗਾ। ਆਲੂ ਗਿੱਲਾ ਰੱਖੋ, ਆਲੂ ਨੂੰ ਸੁੱਕਣ ਨਾ ਦੇਵੋ, ਆਲੂ ਦਾ ਆਲੂ ਦੇ ਵਿੱਚ ਗਿੱਲ ਪੂਰੀ ਚਾਹੀਦੀ ਚਾਹੀਦੀ ਆ। ਇਹ ਚੀਜ਼ਾਂ 'ਤੇ ਪੂਰਾ ਗੌਰ ਕਰੋ, ਅਤੇ ਜਿੰਨੇ ਕੁ ਜੋਗੇ ਵਾਲੇ ਹੈਗੇ ਆ ਵੀਰੇ, ਆਪਾਂ ਦੱਸਦੇ ਰਿਹਾ ਕਰਾਂਗੇ ਸਾਰੀਆਂ ਗੱਲਾਂ, ਹੈ ਨਾ, ਜਿੰਨਾ ਕੁ ਜੋਗਾ ਮੈਨੂੰ ਪਤਾ ਵਾ। ਅਤੇ ਜਿਹੜੇ ਵੀਰਾਂ ਨੂੰ ਚੰਗਾ ਲੱਗਦਾ ਉਹ ਜ਼ਰੂਰ ਉਹਦੇ ਵਿੱਚ ਨਾ ਕਮੈਂਟ ਕਰ ਦਿਆ ਕਰੋ ਕਿ ਹਾਂ ਬਈ ਸਾਨੂੰ ਤੇਰੀ ਗੱਲ ਵਧੀਆ ਲੱਗੀ, ਮਾੜੀ ਲੱਗਦੀ ਉਹ ਵੀ ਦੱਸੋ ਵੀਰੇ, ਆਪਾਂ ਮਾੜੀ ਲਈ ਵੀ ਤਿਆਰ ਖੜ੍ਹੇ ਹਾਂ ਵੀ ਹਾਂ, ਕਿ ਜਿੱਥੇ ਕੋਈ ਗਲਤੀ ਹੁੰਦੀ ਆ ਜਾਂ ਕੁਛ ਵੀ ਆ, ਆਪਾਂ ਸਾਰੇ ਪਾਸੇ ਲਈ ਤਿਆਰ ਖੜ੍ਹੇ ਹਾਂ, ਹੈ ਨਾ। ਅਤੇ ਬਸ ਇੱਧਰ ਆ ਮਗਰਲੇ ਪਾਸੇ ਆਪਣੇ ਪਖਰਾਜ ਆ, ਇਹ ਜੀਵਨ ਆ, ਇਹ ਪਖਰਾਜ ਖੜ੍ਹਾ ਲੱਗਿਆ ਹੋਇਆ ਵਾ, ਅਤੇ ਇੱਦਾਂ ਇਹਦੀ ਐੱਲ ਆਰ ਦੀ ਸਾਰੇ ਦੀ ਰੋਗਿੰਗ ਹੋ ਗਈ ਆ, ਬਾਕੀ ਰਹਿੰਦੀ ਆ। ਅਤੇ ਮੈਂ ਹੁਣ ਇੱਥੇ ਪੱਟਿਆ ਨਹੀਂ ਹੋਇਆ ਬੂਟਾ, ਆਹ ਦੇ ਹੈਗਾ, ਦਿਖਾਉਣਾ